ਇਹ ਨਹੀਂ ਵੀ 6 ਮਹੀਨਿਆਂ ਨੂੰ ਅਸੀਂ ਉੱਠ ਜਾਣਾ ਅਸੀਂ ਉਹਨਾਂ ਚਿਰ ਐਦ ਕੀਤਾ ਆ ਮਰਨ ਸਹੀ ਜਿਹੜੀ ਆਪਣੀ ਜ਼ਿੰਦਗੀ ਆ ਉਹ ਲੇਖੇ ਲਾਉਣ ਦੀ ਕਿਸਾਨੀ ਦੇ ਜਿਹੜੀ ਇੱਥੋਂ ਕਿਸਾਨ ਐਲ ਕਰਕੇ ਤੁਰ ਪਏ ਆ ਬਾਰਡਰ ਸੀਲ ਕਰਦੇ ਕਿਵੇਂ ਪਹੁੰਚੋਗੇ ਦਿੱਲੀ ਉਹ ਤਾਂ ਕਹਿੰਦੇ ਅਸੀਂ ਤੁਹਾਨੂੰ ਹਰਿਆਣਾ ਦੇ ਵਿੱਚ ਐਂਟਰ ਨਹੀਂ ਹੋਣ ਦਿੰਦਾ ਪੰਜਾਬ ਨਹੀਂ ਟੱਪਣ ਦੇਣਾ ਤੁਹਾਨੂੰ ਜਦੋਂ ਉੱਥੇ ਰੋਕ ਲੈ ਲੈ ਲਿਆ ਜਾਂਦਾ ਅਗਲਾ ਫੈਸਲਾ ਜੋ ਜਿਹੇ ਬੰਦੀਆਂ ਕਰਨਗੇ ਉਸ ਤਰ੍ਹਾਂ ਹੀ ਅੱਗੇ ਚੱਲੂਗਾ ਇਸ ਵਕਤ ਪੂਰੇ ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜਾ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਖੇਤੀ ਕਾਨੂੰਨ ਜਿਹੜੇ ਬਣੇ ਉਹਨਾਂ ਦੇ ਵਿਰੋਧ ਵਿੱਚ ਇਹ ਪੰਜਾਬ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਅਤੇ ਦਿੱਲੀ ਘੇਰਨ ਦੀ ਤਿਆਰੀ ਆ ਅਤੇ ਤੁਸੀਂ ਵੇਖ ਰਹੇ ਹੋ ਕਿ ਕਿਸਾਨਾਂ ਵੱਲੋਂ ਜਿਹੜੇ ਆਪਣੀਆਂ ਟਰੈਕਟਰ ਟਰਾਲੀਆਂ ਉਹ ਤਿਆਰ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਲੋੜੀਂਦਾ ਜਿਹੜਾ ਜ਼ਰੂਰਤ ਦਾ ਸਮਾਨ ਜਿਹੜਾ ਉਹ ਵਿੱਚ ਉਹਨਾਂ ਰੱਖ ਲਿਆ ਤੁਸੀਂ ਵੇਖ ਰਹੇ ਹੋ ਕਿਵੇਂ ਇਹ ਰਾਸ਼ਨ ਦਾ ਪਰ ਸਾਰਾ ਪ੍ਰਬੰਧ ਕਿਸਾਨਾਂ ਵੱਲੋਂ ਕਰ ਲਿਆ ਗਿਆ ਕਿ ਪਤਾ ਨਹੀਂ ਕਦੋਂ ਕਿੰਨਾ ਚਿਰ ਜਿਹੜਾ ਦਿੱਲੀ ਦੇ ਵਿੱਚ ਲੱਗਣਾ ਕਿੰਨਾ ਕਿੰਨੀ ਦੇਰ ਇਹਨਾਂ ਨੂੰ ਉੱਥੇ ਲੱਗੇਗੀ ਸੰਘਰਸ਼ ਜਿਹੜਾ ਤਿੱਖਾ ਹੁੰਦਾ ਜਾ ਰਿਹਾ ਤੁਸੀਂ ਵੇਖ ਰਹੇ ਹੋ ਭੱਠੀਆਂ ਪਾਣੀ ਦੁੱਧ ਆਟਾ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਰੱਖ ਲਿਆ ਗਿਆ ਕਿਉਂਕਿ ਕਿ ਉੱਥੇ ਪਤਾ ਹੀ ਨਹੀਂ ਹੈ ਦਿੱਲੀ ਦੇ ਵਿੱਚ ਕਿਹੜਾ ਕਿੰਨਾ ਸਮਾਂ ਇਹਨਾਂ ਨੂੰ ਲੱਗੇਗਾ ਉੱਧਰੋਂ ਇਹ ਖੱਟਰ ਸਰਕਾਰ ਨੇ ਜਿਹੜਾ ਹੁਕਮ ਜਾਰੀ ਕਰ ਦਿੱਤਾ ਹੋਇਆ ਬੀਜੇਪੀ ਦੀ ਸਰਕਾਰ ਹਰਿਆਣੇ ਦੀ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਜਿਹੜਾ ਉਹ ਲੰਘਣ ਨਹੀਂ ਦਿੱਤਾ ਜਾਵੇਗਾ ਉਹ ਪੰਜਾਬ ਤੋਂ ਪਾਰ ਜਿਹੜਾ ਹਰਿਆਣਾ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਪਰ ਤੁਸੀਂ ਵੇਖ ਰਹੇ ਹੋ ਕਿਸਾਨਾਂ ਵੱਲੋਂ ਤਿਆਰੀਆਂ ਖਿੱਚ ਲਈਆਂ ਨੇ ਅਰਦਾਸ ਕਰਕੇ ਜਿਹੜਾ ਕਿਸਾਨ ਇੱਥੇ ਤਿਆਰੀਆਂ ਕਰ ਰਿਹਾ ਆਪਣੀਆਂ ਦਿੱਲੀ ਜਾਣ ਦੇ ਲਈ ਅਤੇ ਤੁਸੀਂ ਦੇਖ ਰਹੇ ਹੋ ਕਿਸਾਨਾਂ ਵੱਲੋਂ ਸਮਾਂ ਰੱਖ ਲਿਆ ਗਿਆ ਆਪਣਾ ਤਾਂ ਦਿੱਲੀ ਘੇਰਨ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਲਈਆਂ ਗਈਆਂ ਨੇ ਕਿਸਾਨ ਸੰਘਰਸ਼ ਕਮੇਟੀ ਵਾਲੀ ਮਾਝੇ ਤੋਂ ਜਿਹੜੀ ਆ ਉਹ ਤੁਰ ਪੈਣਗੇ ਤਾਂ ਦਿੱਲੀ ਜਾਣ ਦੀਆਂ ਜਿਹੜੀਆਂ ਤਿਆਰੀਆਂ ਜਿਹੜੀਆਂ ਉਹ ਲਗਭਗ ਤੈਅ ਨੇ ਅਰਦਾਸ ਕਰ ਲਈ ਆ ਅਰਦਾਸ ਤੋਂ ਬਾਅਦ ਇਹਨਾਂ ਨੇ ਤਿਆਰੀਆਂ ਤੈਅ ਨੇ ਤੁਹਾਨੂੰ ਦਿਖਾਵਾਂਗੇ ਗੱਲਬਾਤ ਕਰਾਵਾਂਗੇ ਕਿਸਾਨਾਂ ਨਾਲ ਜਦੋਂ ਤੁਰਦੇ ਆ ਅਤੇ ਉਸ ਤੋਂ ਬਾਅਦ ਜਿਹੜੀ ਗੱਲਬਾਤ ਕਿਸਾਨਾਂ ਨਾਲ ਆਪਾਂ ਕਰਾਂਗੇ ਤੁਸੀਂ ਤਸਵੀਰਾਂ ਵਿੱਚ ਦੇਖਿਆ ਕਿ ਕਿਵੇਂ ਕਿਸਾਨਾਂ ਵੱਲੋਂ ਅਰਦਾਸ ਕਰਕੇ ਅਤੇ ਉਸ ਤੋਂ ਬਾਅਦ ਜਿਹੜਾ ਦਿੱਲੀ ਜਾਣ ਦੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਨੇ ਅਤੇ ਇਸ ਵਕਤ ਮਾਝੇ ਦੇ ਵਿੱਚੋਂ ਜਿਹੜੀਆਂ ਇਹ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਜਿਹੜੇ ਆ ਉਹ ਦਿੱਲੀ ਘੇਰਨ ਦੀਆਂ ਤਿਆਰੀਆਂ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਕਿਸਾਨ ਆਗੂ ਟਰਾਲੀ ਦੇ ਵਿੱਚ ਮੌਜੂਦ ਆ ਅਤੇ ਰਾਸ਼ਨ ਪਾਣੀ ਇਹਨਾਂ ਨੇ ਆਪਣਾ ਰੱਖ ਲਿਆ ਹੋਇਆ ਵਾ ਤਾਂ ਗੱਲਬਾਤ ਇਹਨਾਂ ਨਾਲ ਕਰਦੇ ਹਾਂ ਕਿ ਦਿੱਲੀ ਜਾ ਰਹੇ ਆ ਇਹਨਾਂ ਦੀ ਕੀ ਰਣਨੀਤੀ ਆ ਉੱਥੋਂ ਅਤੇ ਕਿਵੇਂ ਕਿੰਨੇ ਸਮੇਂ ਲਈ ਇਹ ਦਿੱਲੀ ਜਾ ਰਹੇ ਨੇ ਭਾਈ ਜੀ ਚੱਲੇ ਹੋ ਦਿੱਲੀ ਘੇਰਨ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਅਤੇ ਰਾਸ਼ਨ ਪਾਣੀ ਤੁਸੀਂ ਆਪਣਾ ਲੈ ਲਿਆ ਕਿੰਨੇ ਸਮੇਂ ਲਈ ਉੱਥੇ ਜਾ ਰਹੇ ਹੋ ਅਤੇ ਕੀ ਰਣਨੀਤੀ ਅੱਗੇ ਇਹ ਜੀ ਅਸੀਂ ਘੱਟੋ ਘੱਟ 6 ਮਹੀਨਿਆਂ ਦਾ ਪਲੇਨ ਬਣਾਇਆ ਵੀ 6 ਮਹੀਨਿਆਂ ਵਾਸਤੇ ਅਸੀਂ ਆਪਣੇ ਕਿਸਾਨਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਪਿੰਡਾਂ ਦੇ ਵਿੱਚੋਂ ਅੱਜ ਤੁਸੀਂ ਵੇਖ ਰਹੇ ਜੋ ਬੜਾ ਕਿਸਾਨਾਂ ਦਾ ਉਤਸ਼ਾਹ ਆ ਵੀ ਅਸੀਂ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਲੜਨ ਲਈ ਤਿਆਰ ਹਾਂ ਹਰ ਵਕਤ ਤਿਆਰ ਰਹਾਂਗੇ ਆਪਣਾ ਸਾਰਾ ਕੁਝ ਲੰਗਰ ਪਾਣੀ ਜੋ ਲੰਗਰ ਦੀ ਵਸਤਿਆ ਅਸੀਂ ਅੱਜ ਲੈ ਕੇ ਇੱਥੋਂ ਤਿਆਰੀਆਂ ਕਰਕੇ ਜਿਹੜਾ ਜਸੇ ਦੇ ਰੂਪ 'ਚ ਆ ਦਿੱਲੀ ਨੂੰ ਕੂਚ ਕੀਤਾ ਆ ਜਿੰਨਾ ਚਿਰ ਮੋਦੀ ਉਹ ਕਾਨੂੰਨ ਵਾਪਸ ਨਹੀਂ ਲੈਂਦਾ ਇਹ ਨਹੀਂ ਵੀ 6 ਮਹੀਨਿਆਂ ਨੂੰ ਅਸੀਂ ਉੱਠ ਜਾਣਾ ਅਸੀਂ ਉਹਨਾਂ ਚਿਰ ਐਦ ਕੀਤਾ ਆ ਮਰਨ ਸਹੀ ਜਿਹੜੀ ਆਪਣੀ ਜ਼ਿੰਦਗੀ ਆ ਉਹ ਲੇਖੇ ਲਾਉਣ ਦੀ ਕਿਸਾਨੀ ਦੇ ਜਿਹੜੀ ਇੱਥੋਂ ਕਿਸਾਨ ਐਲ ਕਰਕੇ ਤੁਰ ਪਏ ਆ ਵੀ ਜਿੰਨਾ ਚਿਰ ਮੋਦੀ ਉਹ ਕਾਨੂੰਨ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਅਸੀਂ ਲੜਾਈ ਲੜਦੇ ਰਹਾਂਗੇ ਅੱਜ 6 ਮਹੀਨਿਆਂ ਦੀ ਤਿਆਰੀ ਕਰਕੇ ਅਸੀਂ ਇੱਥੋਂ ਆਪਣੇ ਟਰੈਕਟਰ ਜਿਹੜੇ ਤੌਰ 'ਤੇ ਦਿੱਲੀ ਨੂੰ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਸਾਰੀਆਂ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੀਆਂ ਮਾਝੇ ਦੇ ਵਿੱਚੋਂ ਤੁਸੀਂ ਤੁਰੇ ਮਾਝੇ ਦੇ ਵਿੱਚੋਂ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਤਰਨ ਤਾਰਨ ਜ਼ਿਲ੍ਹੇ ਦੇ ਵਿੱਚੋਂ ਜਿਹੜੀਆਂ ਦਿੱਲੀ ਘੇਰਨ ਲਈ ਤੁਸੀਂ ਇਹ ਤੁਹਾਡੇ ਨਾਲ ਜਾ ਰਹੀਆਂ ਨੇ ਇਹ 30 ਜਥੇਬੰਦੀਆਂ ਜਿਹੜੀਆਂ ਵਾ ਉਹ ਜਿਹੜੀਆਂ ਵਾ ਦਿੱਲੀ ਨੂੰ ਰਵਾਨਾ ਹੋਈਆਂ ਵਾ 30 ਜਥੇਬੰਦੀਆਂ ਦਾ ਜਿਹੜਾ ਪ੍ਰੋਗਰਾਮ ਆ ਵੀ ਅਸੀਂ ਦਿੱਲੀ ਨੂੰ ਕੂਚ ਕੀਤਾ ਅਤੇ ਕੀ ਸਮਾਨ ਜਿਹੜਾ ਲੈਂਦਾ ਤੁਸੀਂ ਨਾਲ ਇਹ ਲੈ ਕੇ ਚੱਲੇ ਹੋ ਅਸੀਂ ਜਿਸ ਤਰ੍ਹਾਂ ਆਟਾ ਆ ਦਾਲ ਆ ਜੋ ਬਰਤਨ ਆ ਜਿਹੜੇ ਜਿਨ੍ਹਾਂ 'ਚ ਬਣਨਾ ਸਮਾਨ ਉਹ ਸਾਰਾ ਨਾਲ ਆਪਣੇ ਬਿਸਤਰੇ ਕੰਬਲ ਰਜਾਈਆਂ ਗੱਦੇ ਜੋ ਵੀ ਸਾਡਾ ਨਾਲ ਲੈ ਕੇ ਅਸੀਂ ਚੱਲੇ ਤਾਂ ਜਿਹੜਾ ਤੁਸੀਂ ਤਾਂ ਚੱਲੇ ਹੋ ਪਰ ਹਰਿਆਣਾ ਸਰਕਾਰ ਨੇ ਉੱਧਰ ਖੱਟਰ ਸਰਕਾਰ ਨੇ ਬਾਰਡਰ ਸੀਲ ਕਰ ਦਿੱਤੇ ਨੇ ਅਗਲੀ ਅਗਲੀ ਰਣਨੀਤੀ ਤੁਹਾਡੀ ਕੀ ਹੋਏਗੀ ਖੱਟਰ ਸਰਕਾਰ ਨੇ ਜਿਹੜਾ ਬਾਰਡਰ ਸੀਲ ਕਰਦੇ ਕਿਵੇਂ ਪਹੁੰਚੋਗੇ ਦਿੱਲੀ ਉਹ ਤਾਂ ਕਹਿੰਦੇ ਅਸੀਂ ਤੁਹਾਨੂੰ ਹਰਿਆਣਾ ਦੇ ਵਿੱਚ ਐਂਟਰ ਨਹੀਂ ਹੋਣ ਦਿੰਦਾ ਪੰਜਾਬ ਨਹੀਂ ਟੱਪਣ ਦੇਣਾ ਤੁਹਾਨੂੰ ਉਹ ਅੱਗੇ ਜੋ ਫੈਸਲਾ ਜਥੇਬੰਦੀਆਂ ਦਾ ਵੀ ਜਿੱਥੇ ਸਾਨੂੰ ਰੋਕਿਆ ਜਾਂਦਾ ਅਸੀਂ ਉੱਥੇ ਹੀ ਧਰਨਾ ਜਿਹੜਾ ਲਾ ਦਿੱਤਾ ਜਾਊਗਾ ਉਹ ਜੋ ਅਗਲਾ ਫੈਸਲਾ ਜਦੋਂ ਉੱਥੇ ਰੋਕ ਲਿਆ ਜਾਂਦਾ ਅਗਲਾ ਫੈਸਲਾ ਜੋ ਜਥੇਬੰਦੀਆਂ ਕਰਨਗੇ ਉਸ ਤਰ੍ਹਾਂ ਹੀ ਅੱਗੇ ਚੱਲੂਗਾ ਜਥੇਬੰਦੀਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਚੱਲੀ ਉਸ ਤੋਂ ਬਾਅਦ ਜਿਹੜੀਆਂ ਰੇਲਾਂ ਉਹ ਕੁਝ ਰੇਲਾਂ ਜਿਹੜੀਆਂ ਚਲਾ ਦਿੱਤੀਆਂ ਗਈਆਂ ਮਾਲ ਗੱਡੀਆਂ ਵੀ ਚੱਲੀਆਂ ਨੇ
ਤੇ ਇਦਾਂ ਹੀ ਹੋਏਗਾ ਕਿ ਜੇ ਜੋ ਮੁੱਖ ਮੰਤਰੀ ਨਾਲ ਫੈਸਲੇ ਲੈ ਕੇ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹੇਗਾ ਉਹਦੇ ਕਹੇ ਦੇ ਅਨੁਸਾਰ ਚੱਲਿਆ ਜਾਵੇਗਾ ਜਾਂ ਜਥੇਬੰਦੀਆਂ ਨਾਲ ਆਪਦਾ ਵੀ ਕੋਈ ਫੈਸਲਾ ਹੋਵੇਗਾ ਕੋਈ ਆਪਦਾ ਸਟੈਂਡ ਹੋਵੇਗਾ ਕਿ ਉਹਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਜੇ ਤੁਹਾਨੂੰ ਅੱਗੇ ਨਹੀਂ ਜਾਣ ਦਿੱਤੇ ਜਾਂਦੇ ਤਾਂ ਤੁਸੀਂ ਜਿਹੜੇ ਇਹ ਲਗਾਤਾਰ ਸੋਸ਼ਲ ਮੀਡੀਆ 'ਤੇ ਇਹ ਵੀ ਹੋ ਰਿਹਾ ਕਿ ਅਸੀਂ ਪੰਜਾਬ ਦਾ ਜਿਹੜਾ ਵਾ ਉਹ ਲਿੰਕ ਤੋੜ ਦੇਵਾਂਗੇ ਨਾ ਦਿੱਲੀ ਵਾਲੇ ਇੱਧਰ ਆਉਣ ਦੇਵਾਂਗੇ ਨਾ ਹਰਿਆਣੇ ਵਾਲੇ ਇੱਧਰ ਆਉਣ ਦੇਵਾਂਗੇ। ਹਾਂਜੀ ਇਹ ਬਿਲਕੁਲ ਠੀਕ ਆ ਅਤੇ ਜਿਹੜਾ ਤੁਸੀਂ ਗੱਲ ਕਰ ਰਹੇ ਜੋ ਮੁੱਖ ਮੰਤਰੀ ਦੀ ਉਹ ਕੋਈ ਇਹੋ ਜਿਹੀ ਗੱਲ ਨਹੀਂ ਗੀ ਜਥੇਬੰਦੀਆਂ ਆਪਣੇ ਫੈਸਲੇ ਲੈਂਦੀਆਂ ਅਤੇ ਆਪਣੇ ਫੈਸਲੇ ਲੈ ਕੇ ਜਥੇਬੰਦੀਆਂ ਜੋ ਵੀ ਕਰਦੀਆਂ ਵਾ ਉਹ ਲੋਕਾਂ ਦੀ ਵੀ ਮੰਗ ਆ ਜਿਹੜੀ ਕਿਸਾਨੀ ਦੀ ਵੀ ਮੰਗ ਆ ਅਤੇ ਜੋ ਸਾਡੇ ਵੀਰ ਵਪਾਰੀ ਸੀ ਉਹਨਾਂ ਦੀ ਵੀ ਮੰਗ ਸੀ ਵੀ ਉਹਨਾਂ ਦੇ ਮਾਲ ਜਿਹੜਾ ਸੀ ਇੱਥੇ ਪਿਆ ਹੋਇਆ ਸੀ ਅਤੇ ਨਾਲ ਹੀ ਅਸੀਂ ਦਿੱਲੀ ਦੇ ਵਿੱਚ ਜ਼ਿਆਦਾ ਪ੍ਰੈਸ਼ਰ ਪਾਉਣਾ ਚਾਹੁੰਦੇ ਸਾਂ ਇਸ ਕਰਕੇ ਅਸੀਂ ਸਰਕਾਰ ਨੂੰ 15 ਦਿਨ ਦਾ ਲਿਮਿਟ ਦਿੱਤਾ ਵਾ ਸਾਡੀਆਂ ਜਥੇਬੰਦੀਆਂ ਜੇ 15 ਦਿਨਾਂ ਬਾਅਦ ਨਹੀਂ ਕੋਈ ਸਾਡੀ ਮੰਗ ਸੁਣੀ ਜਾਂਦੀ ਫਿਰ ਅਸੀਂ ਉਹਨਾਂ ਲੈਣਾ 'ਤੇ ਵੀ ਆਉਣ ਦਾ ਵਿਚਾਰ ਜਿਹੜਾ ਜਥੇਬੰਦੀਆਂ ਦਾ ਹੈਗਾ ਆ। ਸਾਡੇ ਨਾਲ ਹੋਰ ਵੀ ਕਿਸਾਨ ਆਗੂ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਕੀ ਕਿਸਾਨ ਆਗੂਆਂ ਨਾਲ ਤੁਰ ਸਾਹਿਬ ਸਾਡੇ ਨਾਲ ਹੋਰ ਕਿਸਾਨ ਆਗੂ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਤੁਰ ਸਾਹਿਬ ਚੱਲੇ ਹੋ ਤੁਸੀਂ ਦਿੱਲੀ 'ਤੇ ਘੇਰਨ ਵਾਸਤੇ ਪਰ ਉੱਧਰੋਂ ਤਾਂ ਬਾਰਡਰ ਸੀਲ ਕਰ ਦਿੱਤੇ ਖੱਟਰ ਸਰਕਾਰ ਨੇ ਉਹ ਕਹਿੰਦੇ ਤੁਹਾਨੂੰ ਟੱਪਣ ਨਹੀਂ ਦੇਣੀ ਅਸੀਂ ਪੰਜਾਬ ਨੇ ਟੱਪਣ ਦੇਣਾ। ਇਹ ਜੀ ਜਿਹੜੀਆਂ ਸਰਕਾਰਾਂ ਵਾ ਉਹ ਆਪਣਾ ਜ਼ੋਰ ਜਿਹੜਾ ਸਦਾ ਜਮਾਉਂਦੀਆਂ ਆਈਆਂ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਆ ਉਹ ਇਹਨਾਂ ਸਰਕਾਰਾਂ ਤੋਂ ਦਬਾਏ ਕਦੀ ਵੀ ਨਹੀਂ ਜਾ ਸਕਦੇ ਇਹ ਜਿੰਨੇ ਮਰਜ਼ੀ ਰਸਤੇ ਰੋਕ ਲੈਣ ਜੋ ਮਰਜ਼ੀ ਕਰ ਲੈਣ ਸਾਡੇ ਹਰਿਆਣੇ ਦੇ ਜਿਹੜੇ ਸਾਥੀ ਆ ਜਿਨ੍ਹਾਂ ਨੇ ਕਿਹਾ ਵੀ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਰਹੇ ਆ ਉਹਨਾਂ ਨੂੰ ਅਸੀਂ ਇੱਥੇ ਆ ਕੇ ਲੰਗਰ ਦੀ ਕੋਈ ਟੋਟ ਨਹੀਂ ਆਉਣ ਦੇਵਾਂਗੇ ਉਹਨਾਂ ਦੀ ਰਹਿਣ ਦੀ ਕੋਈ ਟੋਟ ਨਹੀਂ ਆਉਣ ਦੇਵਾਂਗੇ। ਹਰਿਆਣੇ ਦੀ ਖੱਟੜ ਸਰਕਾਰ ਨੇ ਉਹਨਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਸੀਂ ਇਸ ਦੀ ਉਹਦੀ ਨਿੰਦਿਆ ਕਰਦੇ ਹਾਂ ਅਤੇ ਅਸੀਂ ਇਹ ਕਹਿੰਦੇ ਹਾਂ ਵੀ ਜੇ ਹਰਿਆਣੇ ਵਾਲੇ ਕਿਸਾਨ ਸਾਡੇ ਵਾਸਤੇ ਲੜ ਰਹੇ ਆ ਅਸੀਂ ਉਹਨਾਂ ਵਾਸਤੇ ਅਸੀਂ ਇੱਕ ਜੁਗਤਾ ਜਿਹੜੀ ਆ ਇਕੱਠੇ ਹੋ ਕੇ ਲੜ ਰਹੇ ਹਾਂ ਇਹ ਜਿਹੜੀ ਹਰਿਆਣੇ ਦੀ ਸਰਕਾਰ ਆ ਉਹ ਕਦੀ ਵੀ ਇਸ ਕਿਸਾਨਾਂ ਦੇ ਘੋਲ ਨੂੰ ਦਬਾ ਨਹੀਂ ਸਕਦੀ ਜਿੰਨੇ ਮਰਜ਼ੀ ਰੋਕਾਂ ਲਾ ਲਏ। ਹਰਿਆਣੇ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਆ ਕਿਸਾਨਾਂ ਨਾਲ ਕਿ ਕਿਵੇਂ ਉਹ ਤੁਸੀਂ ਕਿਵੇਂ ਬਾਰਡਰ ਟੱਪ ਕੇ ਪੰਜਾਬ ਦਾ ਬਾਰਡਰ ਟੱਪ ਕੇ ਕਿਵੇਂ ਹਰਿਆਣੇ ਦੇ ਵਿੱਚ ਤੁਸੀਂ ਦਾਖਲ ਹੋਵੋਗੇ? ਅਸੀਂ ਜੀ ਜੇ ਉਹ ਜਥੇਬੰਦੀਆਂ ਨੇ ਫੈਸਲਾ ਲਿਆ ਵੀ ਅਸੀਂ ਤਾਂ ਜਾਣਾ ਵਾ ਦਿੱਲੀ ਦਿੱਲੀ ਦਾ ਫੈਸਲਾ ਕਰਕੇ ਤੁਰੇ ਹਾਂ ਆਪਣੀਆਂ ਟਰਾਲੀਆਂ ਦੇ ਵਿੱਚ ਸਾਰਾ ਰਾਸ਼ਨ ਪਾਣੀ ਜੋ ਲੰਗਰ ਦੀਆਂ ਜਿੰਨੀਆਂ ਵੀ ਵਸਤੂਆਂ ਵਾ ਉਹ ਲੈ ਕੇ ਚੱਲੇ ਹਾਂ ਠੰਡ ਦਾ ਸਮਾਨ ਜਿਹੜਾ ਰਜਾਈਆਂ ਕੰਬਲ ਜੋ ਕੁਝ ਅਸੀਂ ਨਾਲ ਆਪਣਾ ਸਮਾਨ ਲਗਾਤਾਰ ਸਾਰੇ ਪਿਛਲੇ ਪਿੰਡਾਂ ਤੋਂ ਦਿਨਾਂ ਤੋਂ ਤਿਆਰੀ ਕੀਤੀ ਆ ਪਰ ਜੇ ਫਿਰ ਵੀ ਸਰਕਾਰ ਸਾਨੂੰ ਜੇ ਕਿਤੇ ਡੱਕਦੀ ਆ ਪਰ ਆਉਣ ਵਾਲੇ ਜਿਹੜੇ ਦਿੱਲੀ ਨੂੰ 10 ਰਸਤੇ ਜਾਂਦੇ ਆ ਉਹ ਸਾਰੇ ਹੀ 10 ਰਸਤੇ ਜਿਹੜੇ ਆ ਜਥੇਬੰਦੀਆਂ ਵੱਲੋਂ ਬਲੌਕ ਕੀਤੇ ਜਾਣਗੇ ਦਿੱਲੀ ਦੀ ਉਹਨਾਂ ਚਿਰ ਘੇਰਾਬੰਦੀ ਰਹੂਗੀ ਜਿੰਨਾ ਚਿਰ ਦਿੱਲੀ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹ ਨਹੀਂ ਮੰਨਦੀ ਅਸੀਂ ਉਹਨਾਂ ਦੀਆਂ ਰੋਕਾਂ ਤੋਂ ਕਦੀ ਵੀ ਉਹਨਾਂ ਦੇ ਜਿਹੜੇ ਗਿੱਦੜ ਭੰਮੀਆਂ ਉਹਨਾਂ ਕੋਲ ਲੋਕ ਡਰਨ ਵਾਲੇ ਨਹੀਂ ਗੇ ਇਹ ਗਾਂ ਹੌਲੀ ਹੌਲੀ ਵੱਧਦੇ ਜਾਣਗੇ ਅਤੇ ਜਿੱਤ ਜਿਹੜੀ ਆ ਹਮੇਸ਼ਾ ਕਿਸਾਨਾਂ ਦੀ ਹੋਣੀ ਹੋਣੀ ਆ। ਤਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਿਸਾਨ ਜਿਹੜੇ ਆ ਉਹ ਆਪਣੇ ਜ਼ਰੂਰਤ ਦਾ ਸਮਾਨ ਲੈ ਕੇ ਦਿੱਲੀ ਘੇਰ ਦੀਆਂ ਤਿਆਰੀਆਂ ਤਾਂ ਮੈਂ ਕੈਮਰਾਮੈਨ ਨੂੰ ਇੱਕ ਵਾਰ ਕਹਿਣਾ ਚਾਹੁੰਦਾ ਕਿ ਟਰਾਲੀ ਦੇ ਵਿੱਚ ਇੱਕ ਵਾਰੀ ਸਾਰੇ ਸਾਡੇ ਬਜ਼ੁਰਗ ਸਾਡੇ ਵੀਰ ਜਿਹੜੇ ਬੈਠੇ ਉਹਨਾਂ ਨੂੰ ਵਿਖਾ ਦਿੱਤਾ ਜਾਵੇ ਕਿ ਟਰਾਲੀ ਦੇ ਵਿੱਚ ਉਹ ਜਿਹੜੇ ਆ ਕਿਸਾਨ ਜਿਹੜੇ ਆ ਦਿੱਲੀ ਵੱਲ ਨੂੰ ਕੂਚ ਕਰ ਚੁੱਕੇ ਨੇ ਅਗਲੀ ਰਣਨੀਤੀ ਇਹਨਾਂ ਦੀ ਕੀ ਹੋਵੇਗੀ ਉਹ ਆਉਂਦੇ ਸਮੇਂ ਤੱਕ ਪਤਾ ਲੱਗੇਗਾ। ਫਿਲਹਾਲ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਵੀ ਇੱਕ ਟਰਾਲੀਆਂ ਟਰੈਕਟਰ ਕਿਵੇਂ ਜਿਹੜੇ ਆ ਝੰਡੇ ਲਗਾ ਕੇ ਕਿਸਾਨਾਂ ਦੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਆ ਦਿੱਲੀ ਘੇਰਨ ਦੀਆਂ ਤਿਆਰੀਆਂ ਤਾਂ ਅਗਲੇ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਅਗਲੀ ਰਣਨੀਤੀ ਆ ਕੀ ਹੁੰਦੀ ਆ ਅਤੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਇਹ ਪੰਜਾਬ ਸ਼ੰਭੂ ਬਾਰਡਰ 'ਤੇ ਪਹੁੰਚਦੇ ਆ ਤਾਂ ਜਾਂ ਉਸ ਤੋਂ ਬਾਅਦ ਅਗਲਾ ਹਰਿਆਣੇ ਦੇ ਵਿੱਚ ਕਿਵੇਂ ਦਾਖਲ ਹੁੰਦੇ ਰਹੇ ਦਿੱਲੀ ਦੇ ਵਿੱਚ ਕਿਵੇਂ ਦਾਖਲ ਹੁੰਦੇ ਰਹੇ ਇਹ ਆਉਣ ਵਾਲੇ ਇਹ ਕੁਝ ਸਮੇਂ ਬਾਅਦ ਪਤਾ ਲੱਗ ਜਾਵੇਗਾ। ਕੈਮਰਾਮੈਨ ਪ੍ਰੇਮ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ ਸੁਰਖਾਬ ਟੀਵੀ ਤਰਨਤਾਰਨ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।